ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਲੀਚੀ ਵਾਲੀ ਸਾਈਡ 'ਤੇ ਆਇਆ ਮਾਸ਼ਾਅੱਲਾ ਜੀ, ਫਰੂਟ ਮੰਡੀ ਵਾਲੀ ਸਾਈਡ 'ਤੇ, ਲੀਚੀ ਵਾਲੀ ਸਾਈਡ 'ਤੇ। ਦੇਖੋ ਹੁਣ ਡੱਲਾਂ ਵਾਲੀ ਆ ਰਹੀ ਹੈ, ਜ਼ਿਆਦਾਤਰ ਡੱਲਾਂ ਵਾਲੀ ਆ ਰਹੀ ਹੈ। ਮਾਸ਼ਾਅੱਲਾ ਦੇਖ ਲਓ ਲੀਚੀ ਰੇਟ ਪੁੱਛਣਾ, ਰੇਟ ਕੀ ਹੈ, ਰੇਟ ਜ਼ਰੂਰੀ ਪੁੱਛਣਾ, ਰੇਟ ਪੁੱਛਾਂਗੇ ਕੀ ਰੇਟ ਹੈ। ਗੱਲਾਂ ਸਲਾਮ ਅਲੈਕੁਮ ਦਾਦਾ, ਕਿੰਨੇ ਕਿੰਨੇ ਡੱਲ ਹੈ? 12,000 ਦੀ। ਵਜ਼ਨ ਕਿੰਨਾ ਹੁੰਦਾ? 30 ਕਿਲੋ। ਤੁਹਾਡਾ ਭਲਾ ਹੋਵੇ, ਕੀ ਰੇਟ ਪੈ ਜਾਂਦੀ ਹੈ? 350 ਰੁਪਏ ਕਿਲੋ ਪੈ ਜਾਂਦੀ ਹੈ। 400 ਰੁਪਏ ਪੈ ਜਾਂਦੀ, ਤੇ 500 ਅੱਗੇ ਵੇਚਣਗੇ ਐਵੇਂ ਕਰਨਗੇ, ਤਾਂ ਹੀ ਕਮਾਈ ਕੀਤੀ ਜਾਣੀ। 500 450 ਰੁਪਏ। ਅੱਛਾ ਅੱਛਾ, ਮਾਸ਼ਾਅੱਲਾ, ਬੜੀ ਪਿਆਰੀਆਂ ਡੱਲਾਂ ਲਾਈਆਂ ਹੋਈਆਂ। ਕਿੱਥੋਂ ਲਾਲਾ, ਕਿੱਥੋਂ ਦੀ ਆ ਰਹੀ ਹੈ ਸਰ? ਇਹ ਸ਼ਰਕਪੁਰੋਂ ਆ ਰਹੀ ਹੈ। ਸ਼ਰਕਪੁਰੋਂ ਆ ਰਹੀ ਹੈ। ਮਾਸ਼ਾਅੱਲਾ ਜੀ, ਲੀਚੀ ਇਸ ਟਾਈਮ ਜਿਹੜਾ ਨਾ ਜ਼ਿਆਦਾ ਸ਼ਰਕਪੁਰੀ ਚੋਂ ਆ ਰਹੀ ਹੈ। ਮਾਸ਼ਾਅੱਲਾ, ਤੁਹਾਨੂੰ ਅਸੀਂ ਡੱਲਾਂ ਵੀ ਦਿਖਾਉਂਦੇ ਹਾਂ, ਦੇਖ ਲਓ ਕਿੰਨੀਆਂ ਕਿੰਨੀਆਂ ਵੱਡੀਆਂ ਡੱਲਾਂ ਲੱਗੀਆਂ ਜੀ। ਇਸ ਟਾਈਮ ਅਸੀਂ ਜਿਹੜਾ ਨਾ ਆੜੂ 'ਤੇ ਆ ਗਏ, ਕਿਉਂਕਿ ਐਤਕੀ ਆੜੂ ਦੀ ਫਸਲ ਹੈ, ਗਾਟ ਹੈ, ਕਿਉਂ ਸਰ? ਗਾਟ ਹੈ ਨਾ ਫਸਲ? ਅਤੇ ਕਿਹੜਾ ਚੈਨਲ ਹੈ ਬਾਊ ਜੀ? ਸਰ ਕਿੰਨੇ ਟਾਈਮਾਂ ਦਾ? ਸਾਡਾ 2 ਹਫ਼ਤੇ। ਦੋ ਟਾਈਮਾਂ ਨੇ। ਅਤੇ ਵਜ਼ਨ ਕਿੰਨਾ ਹੋਏਗਾ ਸਰ? ਵਜ਼ਨ ਸਾਡੇ 5-5.5 ਕਿਲੋ। 5-5.5 ਕਿਲੋ ਕਿੰਨੇ ਦਾ ਕਾਟਨ? ਅੱਛਾ ਸਰ, ਇਹ ਕੀ ਮਸਲਾ ਵੀ ਐਤਕੀ ਇਹਦੀ ਫਸਲ ਕਿਉਂ ਘੱਟ ਹੈ? ਬਹੁਤ ਜ਼ਿਆਦਾ ਐਤ ਕੇ ਰੇਟ ਨਹੀਂ ਤਾਂ ਇਹੋ 500-600 ਦਾ ਵਿਕਦਾ ਸੀ, ਤੇ ਅੱਜ ਉਹਨੇ 23 ਕਿਲੋ। ਮਾਸ਼ਾਅੱਲਾ, ਤੁਹਾਨੂੰ ਪਹਿਲੇ ਲੀਚੀ ਦਾ ਰੇਟ ਦੱਸਿਆ, ਫਿਰ ਆੜੂ ਦਾ ਰੇਟ ਦੱਸਿਆ, ਹੁਣ ਅਸੀਂ ਆ ਗਏ ਗਰਮੇ 'ਤੇ। ਹੁਣ ਇਨਸ਼ਾਅੱਲਾ ਅਸੀਂ ਗਰਮੇ 'ਤੇ ਆ ਗਏ, ਗਰਮੇ 'ਤੇ ਵੀ ਰੇਟ ਪੁੱਛਾਂਗੇ। ਲਾਲਾ ਜੀ, ਤੁਹਾਡੇ ਤੇਰੇ ਕਿੰਨੇ ਕਿੰਨੇ ਦਾ ਦਾਣਾ ਸਰ? ਛੋਟਾ ਛੋਟਾ 300-300 ਰੁਪਏ ਦਾ ਜੀ, 1.5-1.5 ਕਿਲੋ, 2-2 ਕਿਲੋ ਦਾ ਦਾਣਾ ਹੈ, ਅਤੇ 300-300 ਰੁਪਏ ਦਾ, ਕਿਉਂਕਿ ਇਸ ਗਰਮਾ ਵੀ ਬਹੁਤ ਜ਼ਿਆਦਾ ਮਹਿੰਗਾ। ਗੱਲਾਂ ਹੀ ਤੁਹਾਡਾ ਤੇਰੇ? ਆਹੋ ਜੀ, ਇਹ ਭਾਅ ਜੀ ਹੈ 11,000 ਦੀ, 12,000 ਦੀ, 13,000 ਦੀ। ਲਓ ਜੀ, ਇਹ 11,000 ਦੀ ਤੇਰੀ, ਇਹ ਕਿੰਨੀ ਸਰ? 12,000 ਦੀ, ਅੱਗੇ 13,000 ਦੀ ਮਹਿੰਗੀ ਹੈ। ਥੱਲੇ ਪੈਰ ਦੇ ਦਾਣੇ ਡੇਰੀਆਂ ਲੋਕ ਵੇਚਦੇ ਨੇ, ਇਹ ਉਹਨਾਂ ਦੇ ਰੇਟ ਹਨ, 12,000-13,000 ਦੀ ਡੇਰੀ। ਅੱਜ ਸਭ ਕੀ ਆ,
14,000 ਦੀ ਡੇਰੀ, 16,000 ਦੀ ਡੇਰੀ, ਇਹ ਇੰਨੇ ਮਹਿੰਗੇ। ਅਜੇ ਤੁਹਾਨੂੰ ਇਨਸ਼ਾਅੱਲਾ ਅਸੀਂ ਬੋਲੀਆਂ ਸੁਣਾਵਾਂਗੇ, ਤੁਸੀਂ ਬੋਲੀਆਂ ਤੇ ਵੇਖੋਗੇ। ਹੁਣ ਤੁਸੀਂ ਬੋਲੀਆਂ ਸੁਣੋਗੇ, ਬੋਲੀਆਂ ਤੇ ਕੀ ਤਰੀਕਾ ਮਾਸ਼ਾਅੱਲਾ ਤੁਹਾਨੂੰ ਥੱਲੇ ਅਸੀਂ ਦਿਖਾਣੇ ਜਿਵੇਂ ਛਾਬੇ ਛਾਬੇ ਭਰੇ ਹੋਏ। ਤੂੰ ਲੈ ਕੇ ਜਾਣਾ ਹੈ, ਡੇਢ ਕਿਲੋ ਤੋਂ ਉੱਤੇ ਨਹੀਂ ਹੋਣਾ, 3500 ਦਾ ਵਿਕਿਆ। ਤੂੰ ਦੱਸ ਦੇ ਲਾਲਾ ਕਿੰਨੇ ਦਾ ਕਾਟਨ ਹੈ? ਬੋਲੀਆਂ ਸੁਣਾ ਰਹੇ ਕਿਹੋ ਕਿਹੋ ਜਿਹੀ ਬੋਲੀਆਂ, ਕਿਸ ਤਰੀਕੇ ਬੋਲੀ ਕੀਤੀ ਜਾਂਦੀ ਹੈ, ਕਿਸ ਤਰੀਕੇ ਦਾ ਤਰੀਕਾ। ਸਿਰਫ 10 ਦਾਣੇ ਲਾ ਦੇਣ, ਬਾਅਦ ਨੀ ਛੋਟੇ ਹੋਣ ਤੇ ਜ਼ਿਆਦਾ ਲਾ ਲੈਂਦੇ, ਨਹੀਂ ਤਾਂ ਸਿਰਫ 10 ਦਾਣੇ ਲਾ ਦੇਣ। 10 ਦਾਣਿਆਂ ਦੀ ਬੋਲੀ, ਦਾਣੇ 15 ਵੀ ਲੱਗਦੇ ਨੇ, ਵੱਡੇ ਦਾਣੇ 10 ਲੱਗਦੇ ਨੇ, ਜਿਵੇਂ ਦਾ ਦਾਣਾ ਹੋਵੇ ਉਵੇਂ ਦੇ ਪੈਸੇ ਹੁੰਦੇ ਨੇ। ਸਹੀ ਗੱਲ, ਜਿੱਡੇ ਸਾਈਜ਼ ਦੇ ਦਾਣੇ ਹੁਣ ਉਸ ਸਾਈਜ਼ ਨਾਲ ਪੈਸੇ ਹੁੰਦੇ। ਉਹ ਤਾਂ ਬੋਲੀ ਦਾ ਹੈ ਨਾ ਕਿ ਬੋਲੀ ਕਿੱਥੇ ਤੱਕ ਚਲੀ ਗਈ, ਬੋਲੀ ਆਪਣੀ ਮਰਜ਼ੀ ਨਾਲ ਗਾਹ ਖਰੀਦਣਾ। ਹਾਂ ਬਿਲਕੁਲ, ਤੁਹਾਨੂੰ ਅਸੀਂ ਦੱਸਿਆ ਕਿ ਬਾਹਰ ਦਾ ਰੇਟ ਵੀ ਤੁਹਾਨੂੰ ਅਸੀਂ। ਮਾਸ਼ਾਅੱਲਾ ਜੀ, ਵੇਖੋ ਸ਼ੀਰੀ ਹੈ, ਸ਼ੀਰੀ ਜ਼ਰਦਾ ਸ਼ੀਰੀ ਨਹੀਂ ਹੈ। ਅੱਛਾ ਜੀ, ਜ਼ਰਦਾ ਹੈ ਕਹਿੰਦੇ, ਜ਼ਰਦਾ ਕਿੰਨੇ ਕਿੰਨੇ ਦਾ ਦਾਣਾ ਦਾ ਰਹੇ ਸਰ? ਡੇਢ ਸੌ ਦਾ। ਅੱਛਾ ਸਰ ਜੀ, ਆਉਂਦਾ ਕਿੱਥੋਂ ਹੈ ਜ਼ਿਆਦਾ? ਕੋਟੇ ਕੋਟੇ ਆਉਂਦਾ, ਕਾਬਲ ਨੂੰ ਜਾਂ ਕੋਟੇ ਨੂੰ, ਦੋ ਦੋ ਸਾਈਡਾਂ ਤੋਂ ਆਉਂਦਾ। ਕਾਬਲ ਨਹੀਂ, ਕੋਟਾ। ਅੱਛਾ ਜੀ, ਕੋਟੇ ਦਾ। ਮਾਸ਼ਾਅੱਲਾ ਜੀ, ਕੋਟੇ ਦਾ। ਅਸੀਂ ਮਾਸ਼ਾਅੱਲਾ ਤੁਹਾਨੂੰ ਜਿਹੜੇ ਬਾਹਰ ਵੇਚਦੇ ਨੇ ਉਹਨਾਂ ਦਾ ਵੀ ਰੇਟ ਦੱਸ ਰਿਹਾ, ਜਿਹੜਾ ਇੱਥੇ ਵਿਕਦਾ ਪਿਆ ਉਹਦਾ ਵੀ ਰੇਟ ਦੱਸ ਰਿਹਾ। ਅਸੀਂ ਹਰ ਬੋਲੀ, ਹਰ ਗੱਡੀ ਦੀ ਅੱਲਾ ਦਾ ਤਰੀਕੇ ਨਾਲ ਬੋਲੀ ਜਾਂਦੀ। ਤੂੰ ਅੱਜ ਬੜਾ ਪਿੱਛੇ ਗਿਆ, ਖੈਰ ਆ ਤੈਨੂੰ? ਤੂੰ ਪਿੱਛੇ ਕਿਉਂ ਗਿਆ ਹੋਇਆ? ਦੇਖੋ ਜੀ,
ਇਹ ਜਿਹੜਾ ਆੜੂ ਹੈ ਨਾ ਇੱਥੇ ਘੱਟ ਤੋਂ ਘੱਟ 2-250 ਰੁਪਏ ਪੈ ਰਿਹਾ ਆੜੂ 2-250 ਰੁਪਏ ਕਿਲੋ ਇੱਥੇ ਹੀ ਪੈ ਰਿਹਾ ਮੰਡੀ ਵਿੱਚ ਹੀ ਪੈ ਰਿਹਾ ਇੰਨਾ ਮਹਿੰਗਾ ਆੜੂ ਹੈ ਯੇ ਅਸਲ ਸ਼੍ਰੀ ਦਾ ਧਰਮ ਹੈ ਜਾਲੀ ਵਾਲਾ ਔਰ ਰੰਗਦਾਰ ਹੈ ਇਸੇ ਅੱਛਾ ਗਰਮਾ ਨਹੀਂ ਹੋਤਾ ਅੱਛਾ ਸਰ ਗਰਮੇ ਦੀਆਂ ਕਿੰਨੀਆਂ ਨਸਲਾਂ ਨੇ ਇਹਦੀਆਂ 4 ਨਸਲਾਂ ਨੇ ਸ਼ੀਰੀ ਹੋਤਾ ਬੰਗਾਲੀ ਹੋਤਾ ਹੈ ਜਰਦਾ ਹੋਤਾ ਹੈ ਅੱਛਾ ਅੱਛਾ ਇਹਨੀਆਂ ਕਿਸਮਾਂ ਹੁੰਦੀਆਂ ਨੇ 4 ਕਿਸਮ ਖਾ ਮਿੱਠਾ ਹੈ ਸ਼ੀਰੀ ਹੁੰਦਾ ਹਾਂਜੀ ਸ਼ੀਰੀ ਜੋ